सत श्री अकाल खबरों के इस बुलेटिन तुहाडा स्वागत है। मैं हरमिंदर संधू बुलेटिन की शुरुआत करते हैं सुरखियां दे नाल। किसानां ते सरकार दे दरमियान बनी सहमति। किसान आगू जगजीत सिंह डल्लेवाल वालों मरन वरत समाप्त। धरने ते पहुंचे कैबिनेट मंत्री कुलदीप सिंह धालीवाल। श्रोमणी अकाली दल ने की प्रैस कानफ्रेंस। चंडीगढ़ के मुद्दे ते घेरी सूबा सरकार, साधे निशाने। दिल्ली के उप मुख्यमंत्री मनीष सिसोदिया का भाजपा से निशाना। भाजपा आगू ते लगाए गंभीर इल्जाम। कहा भाजपा रच रही साजिश, जांच की की मंग। फीफा फुटबॉल विश्व कप 2022 बेल्जियम के हथों कैनेडा की हार। स्विट्जरलैंड ने कैमरून को हराया। तो हुण खबरां विस्तार नाल। किसानां ते सरकार दे दरमियान मंगां नूं लै के सहमति बन गई है, जिस तों बाद किसान आगू जगजीत सिंह डल्लेवाल ने मरन वरत समाप्त कर दिता है। धरने ते बैठे किसानां ते सरकार दे दरमियान सहमति बन गई है, जिस तों बाद अपनियां मंगां नूं लै के मरन वरत ते बैठे किसान आगू जगजीत सिंह डल्लेवाल ने मरन वरत तोड़ दिता है। साडी मेजर लड़ाइयां सी जिहड़ियां ਕਿਤੇ ਸੀਗੇ ਕਿ ਸਰਕਾਰ ਨੇ ਸਾਡੇ ਨਾਲ ਕਮਿਟਮੈਂਟ ਕੀਤੀ ਹੈ ਕਿ ਅਸੀਂ ਕਿਸੇ ਕਿਸਾਨ ਦੇ ਖਿਲਾਫ ਕੋਈ ਰੈਡ ਐਂਟਰੀ ਪਰਾਲੀ ਦੇ ਸੰਬੰਧ 'ਚ ਜਾਂ ਕੋਈ ਕਾਰਵਾਈ ਨਹੀਂ ਕਰਾਂਗੇ। ਸਾਡੇ ਨਾਲ ਮਾਨ ਸਾਹਿਬ ਦੀ ਕਮਿਟਮੈਂਟ ਸੀ, ਪਰ ਸਰਕਾਰ ਉਹਦੇ ਤੋਂ ਮਤਲਬ ਕਿਉਂ ਹੋਇਆ, ਕੀ ਕਾਰਨ ਹੋਇਆ? ਮੰਤਰੀ ਜੀ ਨੇ ਕਿਹਾ ਵੀ ਸਾਡਾ ਤਾਂ ਨਹੀਂ ਸੀਗਾ, ਡੀਸੀਆਂ ਨੇ ਵੀ ਪੰਗਾ ਖੜਾ ਕੀਤਾ ਸੀਗਾ। ਚਲੋ ਹੁਣ ਪਰ ਸਾਡੀ ਬੇਨਤੀ ਹੈ ਵੀ ਉਹ ਸਾਡਾ ਸੀਗਾ ਵੀ ਉਹ ਹਟਾਈਆਂ ਜਾਣ। ਉਹਨਾਂ ਨੇ ਅੱਜ ਇੱਥੇ ਗੱਲ ਕਹੀ ਹੈ ਕਿ ਅਸੀਂ ਸਾਰੀਆਂ ਮਤਲਬ ਵਾਪਸ ਲੈਂਦੇ ਹਾਂ। ਉਹਦੇ 'ਤੇ ਸਰਕਾਰ ਵੱਲੋਂ ਲੈਟਰ ਜਾਰੀ ਹੋ ਗਿਆ ਕਿ ਕਿਸੇ ਕਿਸਮ ਦੀ ਮਤਲਬ ਕੋਈ ਰੈਡ ਐਂਟਰੀ ਜਿਹੜੀਆਂ ਹੈਗੀਆਂ ਉਹ ਨਹੀਂ ਕਰਨੀਆਂ, ਵਾਪਸ ਲਓ ਇਹਨਾਂ ਨੂੰ, ਹਟਾਓ ਇਹਨਾਂ ਨੂੰ, ਪਰਚੇ ਵਗੈਰਾ ਮਤਲਬ ਕੈਂਸਲ ਕਰੋ। ਇਹ ਸਾਡੇ ਕਿਸਾਨਾਂ ਦੀ ਜਿਹੜੀ ਵੱਡੀ ਸਮੱਸਿਆ ਸੀ ਆ ਉਹ ਅਸੀਂ ਹੱਲ ਕਰ ਲਈ ਹੈ। ਅਗਲੀ ਸੀਗੀ ਕਿ ਜੁਮਲਾ ਮੁਸ਼ਤਰਕਾ ਮਾਲਕਣ ਵਾਲੀ, ਅਤੇ ਨਾਲ ਉਹਦੇ ਵਿੱਚ ਇਹ ਸੀਗੇ ਕੁਝ ਹਿੱਸਾ ਲੋਕ ਕਿਸਾਨ 19,200 ਪਰਿਵਾਰ ਜਿਹੜੇ 70,000 ਏਕੜ ਜ਼ਮੀਨ ਦੇ ਉੱਤੇ ਖੇਤੀ ਕਰਦੇ ਸੀ, ਔਰ ਉਹਨਾਂ ਦੇ ਇੰਤਕਾਲ ਖਾਰਜ ਕਰਤੇ ਸੀ ਕਿਸੇ ਕਾਰਨ ਕਰਕੇ, ਕਿਸੇ ਛੱਪੜ ਕਰਕੇ, ਔਰ ਉਹ ਮੰਨ ਲਿਆ ਸਰਕਾਰ ਨੇ ਕਿ ਉਹ ਅਸੀਂ ਛੱਪੜ ਵਾਲੇ ਨੂੰ ਆਈਡੈਂਟੀਫਾਈ ਕਰਕੇ ਬਾਕੀ ਸਾਰੇ ਕਿਸਾਨਾਂ ਦੇ ਜਿਹੜੇ ਇੰਤਕਾਲ ਆ ਉਹ ਬਹਾਲ ਕਰ ਦਿਆਂਗੇ। ਠੀਕ ਹੈ ਜੀ, ਬਿਲਕੁਲ ਉਹ ਇਹਨਾਂ ਨੇ ਮੰਨ ਲਿਆ। ਹਾਂ, ਆਬਾਦਕਾਰਾਂ ਨੂੰ ਮਤਲਬ ਮਾਲਕੀਅਤ ਦੇ ਹੱਕ ਦੇਵਾਂਗੇ, ਔਰ ਜਿਹੜਾ ਜੁਮਲਾ ਮੁਸ਼ਤਰਕਾ ਮਾਲਕਣ ਵਾਲਾ ਹੈ ਇਹਦੇ 'ਤੇ ਸਰਕਾਰ ਨੇ ਸਾਡੇ ਨਾਲ ਇਹ ਕਮਿਟਮੈਂਟ ਕੀਤੀ ਹੈ ਵੀ ਚਿੱਠੀ ਅਸੀਂ ਕੱਢਤੀ, ਇਹ ਉਹਨਾਂ ਚਿਰ ਕੋਈ ਕਾਰਵਾਈ ਨਹੀਂ ਕਰਨਗੇ। 31 ਮਾਰਚ ਤੱਕ ਡੈਡਲਾਈਨ ਹੈ ਇਹਦੇ 'ਤੇ ਕਿ 31 ਮਾਰਚ ਤੱਕ ਇਹਨੂੰ ਕੰਪਲੀਟ ਆਪਦੇ ਜੋ ਪ੍ਰੋਸੈਸ ਅਡੋਪਟ ਕਰਨੇ ਉਹ ਕਰ ਲੈਣਗੇ, ਔਰ ਉਦੋਂ ਮਤਲਬ ਸਾਰਾ ਜਿਹੜਾ ਨੋਟੀਫਿਕੇਸ਼ਨ ਕੀਤਾ ਸਾਡੇ ਖਿਲਾਫ ਔਰ ਉਹ ਮੁੜ ਦੁਬਾਰਾ ਮਤਲਬ ਕਿਸਾਨਾਂ ਨੂੰ ਕਿਵੇਂ ਮਾਲਕ ਬਣਾਇਆ ਜਾਏ ਉਹਦੇ ਲਈ ਸਾਰਾ ਕੰਮ ਕੰਪਲੀਟ ਕਰਕੇ 31 ਮਾਰਚ ਤੱਕ ਇਹਨੂੰ ਮਤਲਬ ਕਿਸਾਨਾਂ ਨੂੰ ਮਾਲਕ ਬਣਾਉਣ ਲਈ ਸੀ ਮਤਲਬ ਪ੍ਰੋਸੈਸ ਮਤਲਬ ਕੰਪਲੀਟ ਕਰ ਦਿਆਂਗੇ। ਮੌਕੇ ਤੇ ਪਹੁੰਚੇ ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਬੀਤੇ ਦਿਨੀ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਧਰਨੇ ਤੇ ਬੈਠੇ ਕਿਸਾਨਾਂ ਬਾਰੇ ਕੀਤੀ ਗਈ ਟਿੱਪਣੀ ਨੂੰ ਲੈ ਕੇ ਮੁਆਫੀ ਵੀ ਮੰਗੀ ਹੈ। ਉਹਨਾਂ ਕਹਿ ਕਿ ਸਰਕਾਰ ਕਿਸਾਨਾਂ ਦੇ ਭਲੇ ਲਈ ਕੰਮ ਕਰ ਰਹੀ ਹੈ। ਤੁਸੀਂ ਸਾਰੇ ਮੀਡੀਆ ਵਾਲੇ ਕਰਮੀ, ਤੁਹਾਨੂੰ ਪਤਾ ਕਿ ਅੱਜ ਸਾਡੇ ਬਹੁਤ ਵੱਡੇ ਕਿਸਾਨ ਲੀਡਰ ਸਰਦਾਰ ਜਗਜੀਤ ਸਿੰਘ ਡੱਲੇਵਾਲ ਹੋਣੀ ਜਿਹੜੇ ਮੰਗਾਂ ਦੀ ਖਾਤਰ ਜਿਨ੍ਹਾਂ ਨੇ ਇੱਥੇ ਆਪਣਾ ਅੰਦੋਲਨ ਸ਼ੁਰੂ ਕੀਤਾ ਮੰਗ ਵਰਤ 'ਤੇ ਬੈਠੇ ਸੀਗੇ, ਉਹਨਾਂ ਨਾਲ ਅੱਜ ਉਹਨਾਂ ਦੇ ਸਾਥੀਆਂ ਨਾਲ ਪੂਰੀ ਟੀਮ ਦੇ ਨਾਲ ਸਾਡੀ ਬੜੀ ਲੰਬੀ ਚੌੜੀ ਮੀਟਿੰਗ ਹੋਈ ਹੈ, ਦੁਪਹਿਰੇ ਵੀ, ਸ਼ਾਮੀ ਵੀ, ਹੋਰ ਵੀ ਹੋਈ ਹੈ। ਸੋ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਇਹ ਬੜੀ ਖੁਸ਼ੀ ਦੀ ਗੱਲ ਹੈ ਕਿ ਡੱਲੇਵਾਲ ਸਾਹਿਬ ਕਿਸਾਨ ਜਥੇਬੰਦੀਆਂ ਜਿਹੜੀਆਂ ਨਾਲ ਸੀ ਇਹਨਾਂ ਦੀਆਂ, ਸਾਡੀ ਆਪਸੀ ਸਾਰੀ ਜਿਹੜੀ ਸਹਿਮਤੀ ਮੰਗਾਂ ਦੀ ਉਹ ਬਣੀ ਹੈ। ਦੱਸ ਦਈਏ ਕਿ ਕਿਸਾਨਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਪੰਜਾਬ 'ਚ ਕਈ ਥਾਵਾਂ 'ਤੇ ਟੋਲ ਪਲਾਜ਼ੇ ਜਾਮ ਕੀਤੇ ਗਏ ਸਨ, ਜਿਸ ਤੋਂ ਬਾਅਦ ਲੋਕ ਵੀ ਕਾਫੀ ਪਰੇਸ਼ਾਨ ਨਜ਼ਰ ਆਏ ਤੇ ਹੁਣ ਕਿਸਾਨਾਂ ਨੇ ਧਰਨਾ ਖਤਮ ਕਰ ਦਿੱਤਾ ਹੈ। ਫਰੀਦਕੋਟ ਤੋਂ ਗੁਰਜੀਤ ਰੋਮਾਣਾ ਦੀ ਰਿਪੋਰਟ, D5 ਚੈਨਲ ਪੰਜਾਬੀ। ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਬਰਿੰਦਰ ਸਿੰਘ ਢਿੱਲੋਂ ਨੇ ਵੱਖ-ਵੱਖ ਮੁੱਦਿਆਂ 'ਤੇ ਪੰਜਾਬ ਸਰਕਾਰ ਨੂੰ ਘੇਰਿਆ। ਸਾਡੇ ਸਹਿਯੋਗੀ ਗੁਰਜੀਤ ਰੋਮਾਣਾ ਨੇ ਬਰਿੰਦਰ ਸਿੰਘ ਢਿੱਲੋਂ ਦੇ ਨਾਲ ਖਾਸ ਗੱਲਬਾਤ ਕੀਤੀ ਹੈ। ਢਿੱਲੋਂ ਸਾਹਿਬ, ਜਿਹੜੇ ਪੰਜਾਬ ਸਰਕਾਰ ਨੇ 2 ਜਿਹੜੇ ਐਲਾਨ ਕੀਤੇ ਹੈ, ਇੱਕ ਉਹਨਾਂ ਨੇ ਕਿਹਾ ਭੜਕਾਊ ਭਾਸ਼ਣ, ਦੂਜਾ ਉਹਨਾਂ ਨੇ ਕਿਹਾ ਗਨ ਕਲਚਰ, ਅਤੇ ਨਾਲ ਹੀ ਉਹਨਾਂ ਨੇ ਕਿਹਾ ਕਿ ਜਿਹੜੇ ਲਾਇਸੈਂਸੀ ਹਥਿਆਰ ਆ ਉਹਨਾਂ ਦੀ ਸਮੀਖਿਆ ਹੋਣੀ ਚਾਹੀਦੀ ਹੈ। ਇਸ ਦੇ ਨਾਲ ਤੁਸੀਂ ਕਿਵੇਂ ਮੰਨਦੇ ਹੋ ਉਹਨਾਂ ਦੇ ਐਲਾਨ ਸਹੀ ਹੈ? ਆਉਣ ਵਾਲੇ ਸਮੇਂ ਦੇ ਵਿੱਚ ਅਮਨ ਕਾਨੂੰਨ ਦੀ ਜਿਹੜੀ ਸਥਿਤੀ ਹੈ ਉਵੇਂ ਬਰਕਰਾਰ ਰਹਿ ਸਕਦੀ ਹੈ? ਦੇਖੋ, ਜਦੋਂ ਅਸੀਂ ਉੱਥੇ ਗਏ ਸੀ, ਬਠਿੰਡੇ ਵੀ ਗਏ ਸੀ ਅਸੀਂ ਅੱਜ, ਉੱਥੇ ਵੀ ਅਸੀਂ ਇਹ ਕਿਹਾ ਵੀ ਅਸੀਂ ਗਨ ਕਲਚਰ ਦੇ ਖਿਲਾਫ਼ ਹਾਂ, ਵਾਇਲੈਂਸ ਦੇ ਖਿਲਾਫ਼ ਹਾਂ, ਲੇਕਿਨ ਆਰਬਿਟਰੀ ਤਰੀਕੇ ਨਾਲ ਤੁਗਲਕੀ ਫਰਮਾਨਾਂ ਦੇ ਨਾਲ ਤੁਸੀਂ ਜਿਵੇਂ ਲਾਇਸੈਂਸ ਕੈਂਸਲ ਕਰ ਰਹੇ ਹੋ, ਬਿਨਾਂ ਸੋਚੋ ਸਮਝੋ ਤੁਸੀਂ ਦਹਿੜ ਲਾਇਸੈਂਸ ਕੈਂਸਲ, ਵੀ ਕੱਲ੍ਹ ਨੂੰ ਕਿਸੇ ਦੀ ਦੁਸ਼ਮਣੀਆਂ ਪੈ ਜਾਣ ਅਤੇ ਉਹਦਾ ਕਤਲ ਹੋ ਜਾਵੇ, ਉਹਦਾ ਲਾਇਸੈਂਸ ਤੁਸੀਂ ਕੈਂਸਲ ਕੀਤਾ ਹੋਵੇ, ਤੁਸੀਂ ਜ਼ਿੰਮੇਵਾਰ ਹੋਗੇ?
सरकार जिम्मेवारी चुकेगी। मूसेवाले का कतल होया, सिक्योरिटी वापस होने करके कतल होया। तुसी किहड़े सोच के तुगलकी फरमान जारी करता, क्योंकि दिल्लियों आर्डर आया। तुसी कहंदे हो भड़काऊ भाषण बिल्कुल करो, तुसी जिहड़ा गाणियां वाला एक राम रौला पाया तुसी हुणे भी गाने नहीं होने चाहिए इहो जिहे, ते कल नूं हिंदी फिल्मां बैन करोगे पंजाब विच जिहड़ी वायलेंस होगी, हिंदियां ते हिंदी वाले गाने बैन करोगे, तुसी जिहड़ा कनेडा चों गाना आऊगा उहनूं बैन करोगे। सिर्फ तुसी अपनी इंडस्ट्री नूं मारन नूं, अपने लोकां नूं तंग करन नूं, अपने आम बंदे नूं परेशान करन नूं तुसी इह सारे फॉर्मूले लियांदे, क्योंकि तुहाडी जिहड़ी सोच आ उह सरकार चलाउण वाली है नहीं। तुहाडे कोल उह विजन नहीं आ, तुहाडी उह गवर्नेंस वाले पासे तुहाडा ध्यान नहीं आ। तुहाडा तां गुजरात विच सरकार बनाउण वल ध्यान आ, पंजाब तुहानूं 5 साल मिल गए, हुण तुसी नज़ारे लो। हुण इहनां दा तां उह हिसाब आ, 92 MLA आ, 92 बंदे आराम नाल अपना नज़ारे लै रहे आ, और जो दिल्लियों फरमान आंदा उवें तोते वांगू पढ़ दिंदे। भड़काऊ भाषणों को कैसे देखते हैं, मानते हैं तुम भी नौजवान जो फॉलो करते जो कोई भड़काऊ भाषण आते हैं जो जे गन लैके जिम्मे गल की है, वाल असर तो पैंता कि नहीं? कोई ना कोई देखो बिल्कुल असर तो कितना कितने पैंता। आप गल कही जो एक नौजवान हूँ, जमें वो नौजवान ने थोड़े दिन पहलों भावें वह बंदा जहर उगलता सी, जरा अपना सूरी वो गलत वाहियात बोलता स, लेकिन यदा यह मतलब नहीं है ना भी एक नौजवान उठे जो काम कारोबार करता वा, यदा मतलब वो दिमाग से गल कितों आ गई। एक नौजवान उठा उन्हें उठ के गोलियां ठोकती, वो कोई कातल नहीं सी, वह पेशावर क्रिमिनल नहीं सी, लेकिन वो दिमाग च कितना कितने चलता रहा ना असर पिया इस चीज़ का। वो कितों वो दिमाग से एक बंदा जी बच्ची आ जी परिवार आ उसके अंदर इन्ना रोष आया भी उन्हें लिया के सीधिया गोलियां पुलिस के होंदे हुए ठोकती। जी सोच डिवेलप हो रही है ना, असं ये खिलाफ़ हाँ भी आम बंदा जड़ा उठ के सोचे भी मेरे बंदूक मेरे हाथ आ जाए तो मैं इंसाफ करन लग पा। ये जी सोच जो नौजवान आ रही है ना, असं इस सोच में यह कहने नहीं, कानूनी प्रतिक्रिया से भरोसा रखो, सरकार से भरोसा रखो। श्रोमणी अकाली दल ने चंडीगढ़ के मुद्दे से गल करदिया सूबा सरकार नूं निशाने ते लिया। श्रोमणी अकाली दल वालों चंडीगढ़ च प्रेस कॉन्फ्रेंस की गई, जिथे श्रोमणी अकाली दल के सीनियर आगू प्रोफेसर प्रेम सिंह चंदू माजरा ने चंडीगढ़ का मुद्दा चुकया, उत्थे सूबे की मान सरकार नूं भी निशाने ते लिया। गैर विधानक वर्ताव हुंदे रहे, भावें पंजाबी भाषा के आधार से सूबा ना बनाउण दी गल सी, भावें पानियां दे बटवारे दे बारे दे, भावें राजधानी खोण दा मामला, पंजाबी बोलदे इलाकियां दा मामला, पर हुण जा डैमां दे विच्चों साडी स्थाई मैंबरशिप खोण दा मामला, CISF नूं हटा के पंजाब ना पंजाब पुलिस नूं हटा के CISF बिठाउण दा मामला, भावें केंद्री पैटर्न दे स्केल चंडीगढ़ दे मुलाजमां नूं देण दा मसला, मतलब स्टैप बाय स्टैप पिछले 7 महीनों च होर तेजी नाल दखलदाजी वधी। पर हुण जिहड़ा चंडीगढ़ का मसला, यह तो मतलब बिल्कुल ही मतलब कह सकते हैं कि पंजाब नूं वंगार आ, पंजाब दी मुछ नूं हथ पाउण वाली गल आ, और बिल्कुल गैर विधानक किसी तरह ना मनण वाली गल आ। दुख इस गल का कि पंजाब के मुख्यमंत्री साहब केवल बयानबाजी तक ही सीमित ने, बल्कि चंडीगढ़ के मसले में तो किते ना किते मतलब केंद्र की बोली या हरियाणे की बोली में हाँ विच हाँ मिला रहे हैं। सो इस गल नूं असीं बड़ी संजीदगी नाल लिया, गंभीरता नाल लिया, और महसूस किया कि चंडीगढ़ पंजाब रीओरगनाइजेशन एक्ट जिहड़ा बनिया हरियाणा पंजाब की वंड च जिहड़ा फार्मूला तय होया, उस फार्मूले के तहत चंडीगढ़ पंजाब का हिस्सा ये वक्ती तौर पर टैंपरेरी तौर पर यूटी बनाई थी, जिवें कहने अग लैन आई चूल्हे की मालक बन बैठी, ये पक्के मालक बन के बैठ गए, जिहड़े किसी तरह नहीं हो सकता। पंजाब चंडीगढ़ पंजाब दी आ ते पंजाब का हिस्सा, अज तक जिन्हें भी हरियाणा पंजाब बन तो बाद कोई कमीशन बने, कोई फैसले होए, ईवन पार्लीमेंट दे विच भी लौंगोवाल राजीव अकार्ड नूं जानी पार्लीमेंट दे विच प्रमाण किया गया, तो चंडीगढ़ उहदा पंजाब का ही हिस्सा मनिया गया। सो हरियाणे ने अज असी महसूस किया जे हरियाणे ने राजधानी बनाउणी आ तां पंचकूले बना लैण, पर नाल तां लगदा ते हरियाणे दे 40% दफ्तर पहले ही पंचकूले विच हैगे ने, ते जे पंचकूले तो जमीन लै के चंडीगढ़ नूं देनी आ ते चंडीगढ़ दी जमीन हरियाणे नूं देनी आ, इह तां गैर कानूनी गल आ। इह तां गवर्नर साहब नूं असी इस गल लई अज अपील भी कीती आ, ते उहनां नूं इस लड़ाई नूं पहली गल तां असी कानूनी तौर ते भी लड़ांगे। कानूनी तौर ते की बन सकदी आ, पक्ष दो मैंबरी कमेटी बनाई आ, डॉक्टर दलजीत सिंह जी चीमा ते महेश इंदर सिंह जी गरेवाल, भी इह
कानूनी मारा ना राय करके जे कानूनी लड़ाई लड़ी जाए, क्योंकि ऑनरेबल गवर्नर पंजाब भावें चंडीगढ़ के चीफ एडमिनिस्ट्रेटर ने तकनीकी तौर पर कानूनी तौर पर की हक रखते हैं वो भी असी समीख्या करांगे कानूनी मारा ना रल के, पर साडा कहना भी इखलाकी तौर पर भी जे मन्या जावे तां किसे तरह भी किसे दी चीज़ दूजे नूं देण दा हक नहीं है। अज पंजाब बेवारसा होया पिया, पंजाब जल रहा सड़ रहा, भय भीता सहमिया होया, ते मुख्यमंत्री साहब गुजरात विच डांस करते फिरते ने, पंजाब दी अद्धी सरकार पंजाब चों गैर हाजर आ। दस दें कि हरियाणा ने वक्री विधान सभा लई जमीन की मांग की है, जिस तों बाद सियासत पूरी तरह भख गई है। आने वाले समय च यह मामला की मोड़ लैंदा है देखना होगा। चंडीगढ़ तो बिंदू सिंह की रिपोर्ट, D5 चैनल पंजाबी। दिल्ली के उप मुख्यमंत्री मनीष सिसोदिया ने भाजपा आगू के उत्ते गंभीर इल्जाम लगाउंदिआं जांच की मांग की है। दिल्ली के उप मुख्यमंत्री मनीष सिसोदिया ने भाजपा आगू मनोज तिवाड़ी से गंभीर इल्जाम लगाए ने। उन्होंने ट्वीट भी किया ते नाल ही प्रैस कॉन्फ्रेंस करदिआं कहा है कि मनोज तिवाड़ी को हिरासत च लैके पुछगिछ की जाए। सिसोदिया का कहना है कि मनोज तिवाड़ी कह रहे हैं कि केजरीवाल से कोई हमला हो सकता है, पर उन्होंने किवें पता, इसकी पूरी जांच होनी चाहिए है। दिल्ली और गुजरात में जिस तरह का चुनावी माहौल बना हुआ है MCD के चुनाव में और गुजरात विधानसभा के चुनाव में, उससे भारतीय जनता पार्टी इतनी बुरी तरह से बौखला गई है कि वो अब अपनी साजिशों से ऊपर उठकर, अपने षड्यंत्रों से ऊपर उठकर हत्या के मनसूबे बनाने लगी है। इन्होंने इस चुनाव से पहले अरविंद केजरीवाल जी को बदनाम करने की खूब कोशिश की, तरह तरह के बयान देकर गाली गलौज करके खूब उनको मोरल डाउन करने से लेके उनको नीचे लाने की बहुत कोशिश की इन्होंने, लेकिन ये किसी भी कोशिश में कामयाब नहीं हुए। तो कल मनोज तिवारी जी ने एक तरह से धमकी दी है केजरीवाल जी को, और मनोज तिवारी जी की उस धमकी से ये साफ हो जा रहा है कि भारतीय जनता पार्टी अरविंद केजरीवाल जी की हत्या करने की साजिश कर रही है। जिस तरह से कल मनोज तिवारी जी ने जिस भाषा में बात की है वह पूरी तरह से खुली धमकी है कि षड्यंत्रों में अरविंद केजरीवाल जी को फंसाने में नाकामयाब भाजपा तरह तरह की गाली गलौज, तरह तरह के आरोपों, तरह तरह के झूठ में उनको बदनाम करने की कोशिशों में नाकाम हुई भाजपा अब हत्या की कोशिशों पर उतर आई है। जिस तरह का अब षड्यंत्र रचा गया है वो मनोज तिवारी जी की भाषा से साफ हो जा रहा है। मनोज तिवारी जी कहने के लिए कह रहे हैं कि कोई हमला कर सकता है, लेकिन उनको कैसे पता, उनको कैसे अंदाजा है इस बात का, इसकी पूरी जांच होनी चाहिए। आज हम इस मामले की शिकायत इलेक्शन कमीशन में भी करेंगे और FIR भी कराएंगे और मांग करते हैं कि अरविंद केजरीवाल जी को हत्या की धमकी देने के आरोप में मनोज तिवारी जी को गिरफ्तार किया जाए और उनसे पूरी पड़ताल की जाए कि उनको इस षड्यंत्र के बारे में क्या क्या पता है, कौन कौन लोग इस षड्यंत्र में शामिल हैं, उनके फोन से लेके उनके मूवमेंट, उनके आसपास के कितने लोग इसमें शामिल हैं, इसकी पूरी जांच की जाए, क्योंकि ये मामला सीरियस है। भारतीय जनता पार्टी का एक नेता अरविंद केजरीवाल जी की हत्या की धमकी दे रहा है, वो पहले से बता रहा है कि ऐसा होने जा रहा है, इसकी पूरी जांच होनी चाहिए। मनीष सिसोदिया वालों लगाए गए इल्जाम च कितनी सच्चाई है ये तो जांच तो बाद ही पता लगेगा। ब्यूरो रिपोर्ट D5 चैनल पंजाबी। फिलहाल वेला चला एक ब्रेक का, मिलते हैं एक छोटे जे ब्रेक तो बाद। होवेगी किसानां दी गल, नवी खेती मशीनां बीजां ते बागां दी गल, लेके चलांगे तुहानू रंगले पंजाब दे खेतां वल। जलदा रिहा साडा खास प्रोग्राम फार्मिंग विद अमरजीत वड़ैच, सिर्फ D5 चैनल पंजाबी ते। ब्रेक तो बाद एक बार फिर तुहाडा स्वागत है। वधदे आं अगली खबर दे वल। बैबल कलां गोलीकांड मामले की जांच लई गठित की गई सिट वल्लों घटना स्थान का जायजा लिया गया, जिस ते सुखराज सिंह ने अपना प्रतिक्रम दिता है। बैबल कलां गोलीकांड की जांच कर रही सिट वल्लों सिट मुखी नौ निहाल सिंह की अगवाई च घटना स्थान ते पहुंच के जांच की गई। इस बारे इंसाफ मोर्चे ते बैठे सुखराज सिंह ने अपना प्रतिक्रम दिता है। देखो सैट उ जोड़े गवाह अपने लंबे समय तो 2015 तो जोड़े गवाह बने हुए हैं जो ने गवाइया दतिया उन्होंने वार बार उही कोई गल पूछी जा रही है भी इतने किमें होया की होया। सो ये सरकारां दी बहुत वड्डी नलायकी है इस गल नूं लैके कि इन्हों 7.5 साल बजे यही नहीं पता लग्या भी इतने गोली चली किमें तो चलाई किने।
ਸੋ ਅੱਜ ਵੀ ਅਸੀਂ ਉਹਨਾਂ ਨੂੰ ਇਹੀ ਕਿਹਾ ਕਿ ਸਾਰਾ ਕੁਝ ਤੁਹਾਡੇ ਸਾਹਮਣੇ ਆ, ਜਿਹੜੇ ਬੰਦੇ ਨੇ ਅੱਜ ਬਿਆਨ ਦਿੱਤੇ ਆ ਜਾਂ ਤੁਸੀਂ ਅੱਜ ਇਹਨਾਂ ਨੂੰ ਪੁੱਛਿਆ, ਉਹੀ ਉਹਨਾਂ ਨੇ ਰਿਕਾਰਡ ਪਹਿਲਾਂ ਕਰਾਏ ਹੋਏ ਆ। ਈਵਨ ਕਿ ਇਹਦੇ ਨਾਲ ਇਹ ਆ ਕਿ ਲੰਮਾ ਸਮਾਂ ਪੈਣ ਦੇ ਨਾਲ ਕੁਛ ਕੁ ਬੰਦਿਆਂ ਦੀਆਂ ਜਿਹੜੀਆਂ ਮੌਤ ਵੀ ਹੋ ਚੁੱਕੀ ਹੈ ਜਿਹੜੇ ਗਵਾਹ ਸੀਗੇ, ਅਤੇ ਕੁਛ ਕੁ ਗਵਾਹਾਂ ਨੂੰ ਜਿਹੜਾ ਮਤਲਬ ਕਹਿ ਲਓ ਵੀ ਡਰਾਇਆ ਧਮਕਾਇਆ ਵੀ ਜਾਊਗਾ। ਇਹਨੂੰ ਜਿੰਨੀ ਛੇਤੀ ਹੱਲ ਕਰ ਸਕਦੇ ਇਹਨੂੰ ਹੱਲ ਕਰੋ, ਦੋਸ਼ੀ ਤੁਹਾਡੇ ਸਾਹਮਣੇ ਆ। ਸਾਰਿਆਂ ਨੂੰ, ਸਾਰਿਆਂ ਨੇ ਉਹੀ ਕਿਹਾ, ਸਾਰੇ ਗਵਾਹਾਂ ਦੀ ਵੀ ਇੱਕੋ ਗੱਲ ਹੈ ਵੀ ਇਹਨਾਂ ਦੋਸ਼ੀਆਂ 'ਤੇ ਕਾਰਵਾਈ ਹੋਣੀ ਚਾਹੀਦੀ ਆ। ਇਸ ਤਰ੍ਹਾਂ ਵਾਰ ਵਾਰ ਪੁੱਛਣ ਦੇ ਨਾਲ ਕੋਈ ਬਹੁਤਾ ਫਰਕ ਨਹੀਂ ਪੈਣਾ, ਜੋ ਇੱਕ ਵਾਰੀ ਲਿਖਤੀ ਬਿਆਨ ਦਿੱਤੇ ਗਏ ਉਹਨਾਂ 'ਤੇ ਆ ਜਿਹੜਾ ਤੁਹਾਨੂੰ ਕੰਮ ਕਰਨਾ ਪਊਗਾ। ਅੱਜ ਕੀ ਅਪਡੇਟ ਕੁਛ ਹੋਈ ਹੈ? ਨਹੀਂ, ਅੱਜ ਉਹ ਕਹਿੰਦੇ ਸੀਗੇ ਵੀ ਸਾਡੇ ਕੋਲ ਇਨਵੈਸਟੀਗੇਸ਼ਨ ਜਦੋਂ ਆਈ, ਅਸੀਂ ਪਹਿਲੀ ਵਾਰੀ ਆਏ ਹਾਂ, ਦੂਸਰੇ ਜਿਹੜੇ ਉਹਨਾਂ ਦੇ ਅਧਿਕਾਰੀ ਨਾਲ ਸੀਗੇ ਸਰਦਾਰ ਸਤਿੰਦਰ SSP ਸੀਗੇ ਜੀ, ਅਤੇ ਉਹਨਾਂ ਨੂੰ ਉਹ ਪਹਿਲਾਂ ਵੀ ਆ ਕੇ ਗਏ, ਕਹਿੰਦੇ ਸਾਡੇ ਸਾਰਾ ਧਿਆਨ 'ਚ ਆ। ਤਾਂ ਜਿਹੜੀਆਂ ਮਿਸਟੇਕ ਸੀਗੀਆਂ ਜਾਂ ਕੁਛ ਕੁ ਇਹਨਾਂ ਦੇ ਲੂਜ਼ ਪੁਲ ਸੀ ਉਹ ਦੱਸੇ ਵੀ ਗਏ ਆ, ਪਰ ਨਾਲ ਇਹ ਵੀ ਆ ਵੀ ਇਹਨੂੰ ਜਲਦੀ ਤੋਂ ਜਲਦੀ ਜਿਹੜਾ ਹੱਲ ਕੀਤਾ ਜਾਵੇ। ਸਰਕਾਰ ਦੇ ਜਿਹੜੇ ਸਮੇਂ ਆ, ਦਿਨ ਥੋੜ੍ਹੇ ਰਹਿ ਗਏ ਆ, ਉਹਨਾਂ ਦਿਨਾਂ ਦੇ ਵਿੱਚ ਵਿੱਚ ਇਹਨੂੰ ਹੱਲ ਕੀਤਾ ਜਾਵੇ। ਕੀ ਲੱਗਦਾ ਵੀ ਸਰਕਾਰ ਨੂੰ ਜਿਵੇਂ ਤੁਸੀਂ ਅਲਟੀਮੇਟਮ ਦਿੱਤਾ ਆ, ਉਹ ਵੀ ਖਤਮ ਹੋਣ ਵਾਲਾ, ਵੀ ਇਸ ਕਰਕੇ ਹੀ ਸਾਰੀ ਐਕਸਰਸਾਈਜ਼ ਕੀਤੀ ਜਾ ਰਹੀ ਹੈ? ਦੇਖੋ, ਇਹ ਇਹਨਾਂ ਦਾ ਆਪਦਾ ਕੰਮ ਆ ਖਾਨਾ ਪੂਰਤੀ ਕਰਨੀ। ਜਿਵੇਂ ਪਿੱਛੇ ਜੇ ਪਹਿਲਾਂ ਕੋਟਕਪੂਰੇ ਦੀ ਜਿਹੜੀ ਸੈੱਟ ਆ, ਉੱਥੇ ਬੰਦੇ ਲੰਮੇ ਪਾ ਪਾ ਕੇ ਫੋਟੋ ਖਿੱਚ ਕੇ ਗਈ ਹੈ, ਸੋ ਉਵੇਂ ਹੀ ਇਹਨਾਂ ਨੇ ਆਪਦਾ ਕਰਨਾ। ਇਹ ਆਪਣਾ ਕਰੀ ਜਾਂਦੇ ਆ, ਪਰ ਅਸੀਂ ਇਹਨਾਂ ਦੇ ਕੰਮ 'ਚ ਅੜਚਣ ਨਹੀਂ ਡਾ ਰਹੇ। ਅਸੀਂ ਇਹਨਾਂ ਨੂੰ ਇਹ ਕਿਹਾ ਵੀ ਤੁਹਾਨੂੰ ਸਹਿਯੋਗ ਕਰਾਂਗੇ, ਤੁਸੀਂ ਇਸ ਮਸਲੇ ਦਾ ਹੱਲ ਕਰੋ ਛੇਤੀ ਤੋਂ ਛੇਤੀ। ਅਸੀਂ ਹਰ ਇੱਕ ਤਰ੍ਹਾਂ ਦਾ ਸਹਿਯੋਗ ਕਰ ਰਹੇ ਹਾਂ, ਪਰ ਰਹਿੰਦੇ ਸਮੇਂ ਦੇ ਵਿੱਚ ਇਹਦਾ ਹੱਲ ਕੀਤਾ ਜਾਵੇ। ਅਸੀਂ ਆਪਣਾ 30 ਤੋਂ ਲੈ ਕੇ ਜਿਹੜਾ 1-2 ਦਿਨਾਂ ਦੇ ਵਿੱਚ ਵਿੱਚ ਉਹ ਆਪਣਾ ਪ੍ਰੋਗਰਾਮ ਜਿਹੜਾ ਅਗਲਾ ਜ਼ਰੂਰ ਦੇਵਾਂਗੇ। ਉਮੀਦ ਗੁਰੂ ਗ੍ਰੰਥ ਸਾਹਿਬ 'ਤੇ ਆ, ਭਰੋਸਾ ਟੇਕ ਆਸਰਾ ਉਹਦਾ। ਬਾਕੀ ਜੋ ਇਹ ਕਹਿੰਦੇ ਆ, ਜਿੰਨਾ ਇਹਨਾਂ ਨੂੰ ਸਾਡੇ ਤੋਂ ਮਟੀਰੀਅਲ ਚਾਹੀਦਾ ਜਾਂ ਜੋ ਪੁੱਛ ਗਿਆ ਛਾ, ਉਹ 'ਚ ਅਸੀਂ ਉਹਨਾਂ ਦਾ ਸਹਿਯੋਗ ਜ਼ਰੂਰ ਕਰਦੇ ਹਾਂ। ਤੁਹਾਡਾ ਅਗਲਾ ਐਕਸ਼ਨ ਕੀ ਹੈ? ਅਗਲਾ ਐਕਸ਼ਨ 30 ਤਰੀਕ ਤੋਂ ਬਾਅਦ ਹੈ, ਜਿਹੜਾ ਉਹ ਤੁਹਾਡੇ ਮਾਧਿਅਮ ਰਾਹੀਂ ਸਾਰਾ ਦੱਸਿਆ ਜਾਊਗਾ, ਪਰ 30 ਤਰੀਕ ਤੱਕ ਇਹਨਾਂ ਦਾ, 30 ਤੋਂ ਬਾਅਦ ਸਾਡਾ। ਅੱਜ ਗੱਲਬਾਤ ਇਹੀ ਆ, ਉਹ ਕਹਿੰਦੇ ਵੀ ਅਸੀਂ ਆਏ ਸੀਗੇ, ਸਾਨੂੰ ਨਹੀਂ ਪਤਾ ਸੀਗਾ ਜੋ ਸਾਨੂੰ ਦੱਸਿਆ ਜਾਵੇ, ਜਿਹੜੇ ਗਵਾਹਾਂ ਦੇ ਉਹਨਾਂ ਨੇ ਨਾਂ ਲਏ ਸੀ ਅਸੀਂ ਇੱਥੇ ਹਾਜ਼ਰ ਕਰਵਾ ਦਿੱਤੇ। ਦੱਸ ਦੇਈਏ ਕਿ ਸਿੱਖ ਸੰਗਤ ਲੰਮੇ ਸਮੇਂ ਤੋਂ ਬੇਅਦਬੀ ਮਾਮਲਿਆਂ 'ਚ ਇਨਸਾਫ ਦੀ ਉਡੀਕ ਕਰ ਰਹੀ ਹੈ। ਜ਼ਿਕਰਯੋਗ ਹੈ ਕਿ ਬੀਤੇ ਦਿਨੀ ਸਿੱਟ ਵੱਲੋਂ ਕੋਟਕਪੂਰਾ ਗੋਲੀਕਾਂਡ ਮਾਮਲੇ 'ਚ ਵੀ ਘਟਨਾ ਸਥਾਨ 'ਤੇ ਪਹੁੰਚ ਕੇ ਜਾਂਚ ਕੀਤੀ ਗਈ ਸੀ। ਦੇਖਣਾ ਹੋਵੇਗਾ ਕਿ ਸਿੱਖ ਸੰਗਤ ਨੂੰ ਕਦੋਂ ਇਨਸਾਫ ਮਿਲਦਾ ਹੈ। ਫਰੀਦਕੋਟ ਤੋਂ ਗੁਰਜੀਤ ਰੋਮਾਣਾ ਦੀ ਰਿਪੋਰਟ, D5 ਚੈਨਲ ਪੰਜਾਬੀ। ਪੁਲਿਸ ਨੇ ਭਾਨਾ ਸਿੱਧੂ ਦੇ ਖਿਲਾਫ਼ ਕੇਸ ਦਰਜ ਕੀਤਾ। ਮਾਮਲਾ ਜ਼ਮੀਨੀ ਵਿਵਾਦ ਦੇ ਨਾਲ ਜੁੜਿਆ ਹੋਇਆ। ਸੋਸ਼ਲ ਮੀਡੀਆ 'ਤੇ ਐਕਟਿਵ ਰਹਿਣ ਵਾਲੇ ਭਾਨਾ ਸਿੱਧੂ ਅਤੇ 2 ਹੋਰਨਾਂ ਦੇ ਖਿਲਾਫ਼ ਪਟਿਆਲਾ ਦੇ ਥਾਣਾ ਸਦਰ 'ਚ ਕੇਸ ਦਰਜ ਕੀਤਾ ਗਿਆ। ਮਾਮਲਾ ਜ਼ਮੀਨੀ ਵਿਵਾਦ ਦੇ ਨਾਲ ਜੁੜਿਆ ਹੋਇਆ। ਜਾਣਕਾਰੀ ਦਿੰਦਿਆਂ DSP ਗੁਰਦੇਵ ਸਿੰਘ ਧਾਲੀਵਾਲ ਨੇ ਦੱਸਿਆ ਕਿ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਥਾਣਾ ਸਦਰ ਪਟਿਆਲਾ ਦੇ ਵਿੱਚ ਇੱਕ ਤੇਜਾ ਪਿੰਡ ਪੈਂਦਾ ਹੈਗਾ, ਉੱਥੇ ਡੇਰੇ ਦੀ ਜ਼ਮੀਨ ਹੈਗੀ ਹੈ। ਉਹਦੇ ਵਿੱਚ ਰਮਨ ਕਾਂਤਾ ਵੱਲੋਂ ਇੱਕ ਕੇਸ ਰਜਿਸਟਰ ਕਰਾਇਆ ਗਿਆ, 447, 427, 506 3 ਜਣਿਆਂ ਦੇ ਖਿਲਾਫ਼ ਕਰਾਇਆ ਗਿਆ। ਭਾਨਾ ਸਿੱਧੂ, ਅਮਨ ਸਿੱਧੂ, ਇੱਕ ਉਹਨਾਂ ਦੀ ਸਿਸਟਰ ਹੈਗੀ ਆ ਪਾਲ ਕੌਰ। ਪਾਲ ਕੌਰ ਜਿਹੜੀ ਹੈਗੀ ਹੈ ਉਹ ਸ਼ਮਸ਼ੇਰ ਕੌਰ ਦੀ ਨੂੰਹ ਆ, ਰਮਨ ਕਾਂਤਾ ਦੀ ਜਠਾਣੀ ਲੱਗਦੀ ਹੈ ਸ਼ਮਸ਼ੇਰ ਕੌਰ। ਇਹਨਾਂ ਦਾ ਆਪਸ ਵਿੱਚ ਦੀ ਡਿਸਪਿਊਟ ਹੈ ਮਹੰਤੀ ਨੂੰ ਲੈ ਕੇ, ਜ਼ਮੀਨ ਨੂੰ ਲੈ ਕੇ। ਜਦੋਂ ਪਿੱਛੇ ਜੇ ਲਾਸਟ 20-25 ਦਿਨ ਤੋਂ ਪਹਿਲਾਂ ਇੱਕ ਸਾਡੇ ਕੋਲ ਕੰਪਲੇਂਟ ਆਈ ਸੀ, ਦੋਨਾਂ ਧਿਰਾਂ ਦੀ ਇਹੀ ਪ੍ਰਿਵੈਂਟਿਵ ਐਕਸ਼ਨ ਲਿਆ ਗਿਆ ਸੀਗਾ। ਉਦੋਂ ਬਾਅਦ ਰਮਨ ਕਾਂਤਾ ਵੱਲੋਂ ਇਹ ਕਲੇਮ ਕੀਤਾ ਜਾ ਰਿਹਾ ਵੀ ਸਾਡੀ ਉਹਨਾਂ ਨੇ ਜ਼ਮੀਨ ਵਾਹਤੀ, ਅਸੀਂ ਉਹਨਾਂ ਦੇ ਖਿਲਾਫ਼ ਕੇਸ ਰਜਿਸਟਰ ਕਰ ਲਿਆ ਗਿਆ। ਅਗਲੀ ਜਿਹੜੀ ਆ ਇਨਵੈਸਟੀਗੇਸ਼ਨ ਜਾਰੀ ਆ, ਜੋ ਕਾਨੂੰਨ ਅਨੁਸਾਰ ਬਣਦੀ ਆ ਕਾਰਵਾਈ ਉਹ ਪ੍ਰੋਪਰ ਔਰ ਟਾਈਮ ਸਿਰ ਕਰਾਂਗੇ। ਫਿਲਹਾਲ ਪੁਲਿਸ ਨੇ ਮਾਮਲਾ ਦਰਜ ਕੀਤਾ। ਦੇਖਣਾ ਹੋਵੇਗਾ ਕਿ ਭਾਨਾ ਸਿੱਧੂ 'ਤੇ ਕੀ ਕਾਰਵਾਈ ਕੀਤੀ ਜਾਂਦੀ ਹੈ। ਪਟਿਆਲਾ ਤੋਂ ਕਮਲ ਦੂਆ ਦੀ ਰਿਪੋਰਟ, D5 ਚੈਨਲ ਪੰਜਾਬੀ। ਖਬਰ ਪਟਿਆਲਾ ਤੋਂ, ਜਿੱਥੇ ਇੱਕ ਵਾਰ ਫਿਰ ਆਪਣੀਆਂ ਮੰਗਾਂ ਨੂੰ ਲੈ ਕੇ ਕਿਸਾਨਾਂ ਵੱਲੋਂ DC ਦਫ਼ਤਰ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ ਗਿਆ। ਪਟਿਆਲਾ 'ਚ ਇੱਕ ਵਾਰ ਫਿਰ ਕਿਸਾਨਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਵੱਡੀ ਗਿਣਤੀ 'ਚ ਕਿਸਾਨ DC ਦਫ਼ਤਰ ਦੇ ਬਾਹਰ ਇਕੱਠੇ ਹੋਏ ਅਤੇ ਸਰਕਾਰ ਦੇ ਖਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ। ਜਿਹੜੇ ਸਾਡੇ ਅੱਜ ਧਰਨਾ ਲੱਗਦਾ ਹੈ ਮਿੰਨੀ ਸੈਕਟਰੀ ਲਾਇਆ ਵਾ, ਇਹ 11 ਤੋਂ ਲੈ ਕੇ ਸਾਡਾ 2 ਵਜੇ ਤੱਕ ਦਾ ਧਰਨਾ। ਇਹਦੇ ਵਿੱਚ ਜਿਹੜੀਆਂ ਮੌਕੇ ਦੀਆਂ ਮੰਗਾਂ ਨੇ, ਜਿਹਦਿਆਂ ਪਿੱਛੇ ਅਸੀਂ ਕਾਫੀ ਵਾਰ ਪੰਜਾਬ ਆਪਣਾ DC ਸਾਹਿਬ ਨੂੰ ਪਹਿਲੇ ਮੰਗ ਪੱਤਰ ਦੇ ਚੁੱਕੇ ਹਾਂ, ਉਹ ਮੰਗਾਂ ਨੇ ਜਿਵੇਂ ਹੁਣ ਜੂਰੇ ਦੀ ਕਿੱਲਤ ਆ, ਹੁਣ ਕਣਕਾਂ ਨੂੰ ਪਾਣੀ ਦੇਣ ਦਾ ਟਾਈਮ ਆ ਗਿਆ, ਪਹਿਲਾਂ ਪਾਣੀ ਦੇਣਾ, ਇਹ ਤੋਂ ਬਾਅਦ ਸਾਨੂੰ ਜੂਰੀਆ ਕੀ ਕਰਨਾ? ਲਗਾਤਾਰ ਸਾਨੂੰ ਜੂਰੇ ਦੀ ਘਾਟ ਪੈ ਰਹੀ ਆ। ਜਿਵੇਂ ਹੁਣ ਸ਼ਾਮ ਲਾਟ ਜ਼ਮੀਨਾਂ ਦੀ ਹੋ ਗਈ, ਜਿਹੜੇ ਸ਼ਾਮ ਲਾਟ ਜ਼ਮੀਨਾਂ ਨੇ, ਮਤਲਬ ਇਹ ਲੋਕਾਂ ਨੇ ਜ਼ਮੀਨਾਂ ਸਾਂਭ ਸੰਭਾਲ ਕਰੀ ਵੀ ਆ। ਇਹਦੇ ਵਿੱਚ ਜੇ ਆਪਾਂ ਲਾਈਏ ਪੂਰੇ ਪੰਜਾਬ ਦੇ ਵਿੱਚ 80% ਲੋਕ ਪ੍ਰਭਾਵਿਤ ਹੁੰਦੇ ਨੇ, ਜ਼ਿਆਦਾਤਰ ਦਰਿਆਵੀ ਕੰਢਿਆਂ 'ਤੇ।
ਜਿਵੇਂ ਜਿੰਨੇ ਵੀ ਦਰਿਆ ਵੀ ਕੰਢੇ 'ਤੇ ਜ਼ਮੀਨਾਂ ਨੇ ਉੱਥੇ ਦਰਿਆਓ ਪੈਂਦੇ ਨੇ, ਦਰਿਆਓ ਕਿਤੇ ਇੱਧਰ ਨੂੰ ਚੱਲ ਪਏ ਕਿਤੇ ਇੱਧਰ ਨੂੰ, ਉਹ ਲੋਕਾਂ ਨੇ ਵਿਚਾਰਿਆਂ ਨੇ ਆਪਣਾ ਰੁਜ਼ਗਾਰ ਚਲਾ ਰੱਖਿਆ। ਪਰ ਸਰਕਾਰਾਂ ਦੀ ਕੀ ਸੋਚ ਆ ਵੀ ਉਹ ਜ਼ਮੀਨਾਂ ਖੋ ਕੇ ਪੰਚਾਇਤਾਂ ਦੇ ਅੰਡਰ ਕਰੇ ਜਾਣ ਵੀ ਸਰਕਾਰ ਨੂੰ ਉਹਦੀ ਆਮਦਨ ਹੋਵੇ, ਪਰ ਆਹ ਬਹੁਤ ਜ਼ਿਆਦਾ ਗਲਤ ਆ। ਐਵੇਂ ਹੀ ਸੋਸਾਇਟੀਆਂ ਬਦਲ ਦੇਖਦੇ ਪਾ, ਜਿਹੜੇ ਜਿਵੇਂ ਹੁਣ ਪਿਛਲੇ ਸਾਲ 2017 ਦੇ ਵਿੱਚ ਕੈਪਟਨ ਸਰਕਾਰ ਨੇ ਇੱਕ ਵਾਅਦਾ ਕਰਿਆ ਤਾ ਲੋਕਾਂ ਗੱਲ ਗੁਟਕਾ ਸਾਹਿਬ ਦੀ ਸਹੁੰ ਖਾ ਕੇ ਵੀ ਜਿੰਨਾ ਵੀ ਕਰਜ਼ਾ ਆ ਕਿਸਾਨਾਂ ਸਿਰ ਜਾਂ ਕਿਸੇ ਵੀ ਵਰਗ ਸਿਰ ਉਹ ਸਾਰਾ ਇੱਕ ਤੌਰ 'ਤੇ ਮਾਫ਼ ਹੋਊਗਾ। ਪਰ ਇਹੋ ਜਿਹਾ ਕੁਛ ਨਹੀਂ, 2017 ਦੇ ਬਾਅਦ ਲੋਕਾਂ ਨੂੰ ਆਸ ਸੀ ਵੀ ਸ਼ਾਇਦ ਕੈਪਟਨ ਸਰਕਾਰਾਂ ਨੂੰ ਜਿਤਾ ਕੇ ਵੀ ਸਾਡਾ ਕਰਜ਼ਾ ਮਾਫ਼ ਹੋ ਜੂ, ਪਰ ਉਹਦੇ ਵਿੱਚ ਲੋਕ ਡਿਫਾਲਟਰ ਕਰਤੇ ਇਹਨਾਂ ਨੇ 2017 ਦੇ ਬਾਅਦ, ਜੇ ਕਿਸੇ 2 ਲੱਖ ਉਸ ਟਾਈਮ ਅੱਜ ਉਹਨਾਂ ਸਿਰ 4 ਲੱਖ ਹੋ ਗਿਆ। ਹੁਣ ਸਰਕਾਰ ਨੇ ਕੀ ਕਰਿਆ, ਨਵੀਂ ਨੀਤੀ ਬਣਾ ਲਈ, ਲੋਕਾਂ ਦੀਆਂ ਜ਼ਮੀਨਾਂ ਅਟੈਚ ਕਰਨ ਲੱਗ ਗਈ, ਲੋਕਾਂ ਦੀਆਂ ਜ਼ਮੀਨਾਂ ਅਟੈਚ ਕਰ ਰਹੀ ਆ। ਪਰ ਜਿਹੜੇ ਬੰਦਿਆਂ ਨੇ ਵਾਅਦਾ ਕਰਿਆ ਉਹਨਾਂ ਪਰ ਵਾਸਤੇ ਕੋਈ ਕਾਰਵਾਈ ਨਹੀਂ ਹੋ ਰਹੀ। ਸਾਡੀ ਆਹ ਬਹੁਤ ਬੜਾ ਮੁੱਦਾ ਆ। ਜਿਹੜੀਆਂ ਸੁਸਾਇਟੀਆਂ ਨੇ ਹੁਣ ਤੱਕ ਲਗਾਤਾਰ ਘਾਟੇ ਚੱਲ ਰਹੀਆਂ ਨੇ, ਜੇ ਸੁਸਾਇਟੀਆਂ ਘਾਟੇ ਦੇ ਵਿੱਚ ਨੇ ਤਾਂ ਉਹ ਲੋਕਾਂ ਨੂੰ ਕੀ ਉਹ ਕਰਨਗੇ। ਜਿਵੇਂ ਇੱਕ ਪਾਸੇ ਸਰਕਾਰ ਕਹਿ ਦਿੰਦੀ ਆ ਵੀ ਅੱਗ ਨਾ ਲਾਓ, ਅੱਗ ਦੱਸੋ ਲੋਕ ਕਿਉਂ ਨਾ ਲਾਉਣ, ਜੇ ਤਾਂ ਸੁਸਾਇਟੀਆਂ ਵਾਅਦੇ 'ਚ ਹੋਣਗੀਆਂ ਉੱਥੇ ਪ੍ਰਬੰਧ ਹੋ ਸਕਦੇ ਨੇ ਕੋਈ ਸਾਧਨ। ਹੁਣ ਸਾਡੇ ਦੂਜੇ ਪਾਸੇ ਜਿਵੇਂ ਯੂਰੀਆ DAP ਜਾਂ ਸਾਨੂੰ ਕੁਛ ਵੀ ਲੈਣਾ ਹੁੰਦਾ ਉਹ ਜੇ ਸਾਨੂੰ ਸੁਸਾਇਟੀ 'ਚ ਮਿਲੇ ਤਾਂ ਜ਼ਿਆਦਾ ਵਧੀਆ। ਪਰ ਸਰਕਾਰ ਜਾਣ ਬੁੱਝ ਕੇ ਜਿਹੜਾ ਰੇਹ ਦਵਾਈਆਂ ਸਾਨੂੰ ਪ੍ਰਾਈਵੇਟ ਬੰਦਿਆਂ ਦੇ ਹੱਥਾਂ ਦੇ ਵਿੱਚ, ਕਾਰਪੋਰੇਟ ਘਰਾਂ ਦੇ ਹੱਥਾਂ ਵਿੱਚ ਸੌਂਪ ਰਹੀਆਂ ਨੇ ਵੀ ਸਰਕਾਰੀ ਜ਼ਿੰਮੇਵਾਰ ਨੇ ਉਹ ਬੰਦ ਕਰ ਰਹੇ ਨੇ। ਜਿਵੇਂ ਹੁਣ ਅਵਾਰਾ ਪਸ਼ੂਆਂ ਦਾ ਕਹਿ ਸਕਦੇ ਆਪਾਂ, ਅਵਾਰਾ ਪਸ਼ੂਆਂ ਦਾ ਬਹੁਤ ਨੁਕਸਾਨ ਆ। ਸਾਡੇ ਜਿਹੜੇ ਬੀਜ ਦੇ ਬਿੱਲ ਵੀ ਆਉਂਦੇ ਨੇ ਕਈ ਜਗ੍ਹਾ ਫਰਦਾਂ 'ਤੇ ਵੀ ਗਊ ਸੈਸ ਲੱਗਦਾ, ਪਰ ਸਰਕਾਰ ਕੋਈ ਗਊਆਂ ਵਾਸਤੇ ਜਾਂ ਜਿਹੜੇ ਅਵਾਰਾ ਪਸ਼ੂ ਵਾਸਤੇ ਕੋਈ ਧਿਆਨ ਨਹੀਂ ਦੇ ਰਹੀ। ਇੱਕ ਸਭ ਤੋਂ ਵੱਡੀ ਜਿਹੜੀ ਪਾਣੀ ਦੇ ਮੁੱਦੇ ਦੀ ਗੱਲ ਆ, ਜਿਹੜਾ ਪਾਣੀ ਆ ਮਲਦਹਿਰੀ ਪਾਣੀ ਆ ਉਹ ਕਿਸਾਨ ਦੀ ਹਰ ਇੱਕ ਜ਼ਮੀਨ ਦੇ ਪਹੁੰਚਦਾ ਹੋਣਾ ਚਾਹੀਦਾ। ਸਰਕਾਰ ਨੂੰ ਇਹੋ ਜਿਹੇ ਉਹ ਕਰਨੇ ਚਾਹੀਦੇ ਨੇ, ਉਪਰਾਲੇ ਕਰਨੇ ਚਾਹੀਦੇ ਨੇ। ਇਹ ਮੌਕੇ ਦੀਆਂ 8-10 ਮੰਗਾਂ ਨੇ ਜਿਹਦੇ ਵਾਸਤੇ ਅਸੀਂ DC ਸਾਹਿਬ ਨੂੰ ਅੱਜ ਮੰਗ ਕਰਦੇ ਹਾਂ। ਦੇਖੋ ਜੀ, ਡੱਲੇਵਾਲ ਸਾਹਿਬ ਨੇ ਉਹ ਬਹੁਤ ਬੜੀ ਮੰਗ ਪੂਰੀ ਹੋਵੇ, ਕਿਉਂਕਿ ਡੱਲੇਵਾਲ ਸਾਹਿਬ ਨੇ ਜਿਹੜੀਆਂ ਹੈ ਸ਼ਾਮਲਾਟ ਜ਼ਮੀਨਾਂ ਦੀ ਸਰਕਾਰ ਗੱਲ ਕਰ ਰਹੀ ਸੀ, ਅਸੀਂ ਮਤਲਬ ਸਰਕਾਰਾਂ ਪੰਚਾਇਤਾਂ ਦੇ ਅੰਡਰ ਕਰਾਂਗੇ। ਉਹ ਵਧੀਆ, ਬਹੁਤ ਵਧੀਆ ਗੱਲ ਆ, ਕਿਉਂਕਿ ਹੁਣ ਤੱਕ ਜਿਹੜੀਆਂ ਜ਼ਮੀਨਾਂ ਨੇ ਉਹ ਕਿਸੇ ਸਰਕਾਰਾਂ ਜਾਂ ਦੱਸ ਦੇਈਏ ਕਿ ਆਪਣੀਆਂ ਮੰਗਾਂ ਨੂੰ ਲੈ ਕੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਵੀ ਮਰਨ ਵਰਤ 'ਤੇ ਬੈਠੇ ਸਨ। ਫਿਲਹਾਲ ਜਗਜੀਤ ਸਿੰਘ ਡੱਲੇਵਾਲ ਨੇ ਆਪਣਾ ਮਰਨ ਵਰਤ ਸਮਾਪਤ ਕਰ ਦਿੱਤਾ ਹੈ। ਪਟਿਆਲਾ ਤੋਂ ਕਮਲ ਦੁਆ ਦੀ ਰਿਪੋਰਟ, D5 ਚੈਨਲ ਪੰਜਾਬੀ। ਫੀਫਾ ਫੁੱਟਬਾਲ ਵਿਸ਼ਵ ਕੱਪ ਦੇ ਦੌਰਾਨ ਕਾਫੀ ਰੋਮਾਂਚਕ ਮੁਕਾਬਲੇ ਦੇਖਣ ਨੂੰ ਮਿਲ ਰਹੇ ਨੇ। ਚੋਟੀ ਦੀਆਂ ਟੀਮਾਂ ਇੱਕ ਦੂਜੇ ਨਾਲ ਸਿੱਧਾ ਮੁਕਾਬਲਾ ਕਰਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਅਤੇ ਇਸੇ ਦੇ ਚੱਲਦਿਆਂ ਸਵਿਟਜ਼ਰਲੈਂਡ ਨੇ ਕੈਨੇਡਾ ਨੂੰ ਕਰਾਰੀ ਹਾਰ ਦਿੱਤੀ ਹੈ। ਫੀਫਾ ਵਿਸ਼ਵ ਫੁੱਟਬਾਲ ਕੱਪ 'ਚ ਰੋਮਾਂਚਕ ਮੁਕਾਬਲੇ ਦੇਖਣ ਨੂੰ ਮਿਲ ਰਹੇ ਨੇ। ਇਸ ਵਿਸ਼ਵ ਕੱਪ 'ਚ ਖਿਤਾਬ ਦੇ ਲਈ ਦੇਸ਼ ਭਰ ਦੀਆਂ ਫੁੱਟਬਾਲ ਟੀਮਾਂ ਭਿੜ ਰਹੀਆਂ ਨੇ। ਤਾਜ਼ਾ ਮੁਕਾਬਲਿਆਂ 'ਚ ਸਵਿਟਜ਼ਰਲੈਂਡ ਨੇ ਕੈਮਰੂਨ ਨੂੰ 1-0 ਨਾਲ ਹਰਾਇਆ। ਗਰੁੱਪ ਜੀ ਦੇ ਮੁਕਾਬਲੇ 'ਚ ਸਵਿਟਜ਼ਰਲੈਂਡ ਨੇ ਕੈਮਰੂਨ ਨੂੰ ਕਰਾਰੀ ਹਾਰ ਦਿੱਤੀ ਹੈ। ਇਸ ਰੋਮਾਂਚਕ ਮੁਕਾਬਲੇ ਦੇ ਦੌਰਾਨ ਸਵਿਟਜ਼ਰਲੈਂਡ ਦੇ ਲਈ ਇਕਲੌਤਾ ਗੋਲ ਬ੍ਰੀਲ ਅੰਬੈਲੋ ਨੇ ਕੀਤਾ ਤੇ ਦੂਜੇ ਪਾਸੇ ਬੈਲਜੀਅਮ ਨੇ ਕੈਨੇਡਾ ਨੂੰ ਹਰਾਇਆ। ਬੈਲਜੀਅਮ ਨੇ ਕੈਨੇਡਾ ਨੂੰ 1-0 ਨਾਲ ਮਾਤ ਦਿੱਤੀ ਹੈ। ਦੱਸ ਦੇਈਏ ਕਿ 36 ਸਾਲ ਬਾਅਦ ਕੈਨੇਡਾ ਨੇ ਵਿਸ਼ਵ ਕੱਪ ਦੇ ਵਿੱਚ ਆਪਣੀ ਥਾਂ ਬਣਾਈ ਸੀ। 0-0 ਸਕੋਰ ਤੇ ਚੱਲ ਰਹੇ ਰੋਮਾਂਚਕ ਮੈਚ ਨੂੰ ਬੈਲਜੀਅਮ ਦੇ ਖਿਡਾਰੀ ਨੇ 44ਵੇਂ ਮਿੰਟ 'ਚ ਗੋਲ ਕਰਕੇ ਨਵਾਂ ਮੋੜ ਦਿੱਤਾ ਤੇ ਦੂਜੇ ਪਾਸੇ ਦੱਖਣੀ ਕੋਰੀਆ ਤੇ ਉਰੂਗਵੇ ਦੇ ਦਰਮਿਆਨ ਖੇਡਿਆ ਗਿਆ ਮੈਚ ਡਰਾ ਰਿਹਾ। ਦੱਸ ਦੇਈਏ ਕਿ ਕਤਰ ਦੇ ਵਿੱਚ ਵਿਸ਼ਵ ਕੱਪ ਹੋ ਰਿਹਾ ਹੈ। ਇਸ ਕੱਪ ਦੇ ਦੌਰਾਨ ਖਿਤਾਬ ਦੇ ਲਈ ਚੋਟੀ ਦੀਆਂ ਟੀਮਾਂ ਮੈਦਾਨ 'ਚ ਨੇ। ਹੁਣ ਦੇਖਣਾ ਹੋਵੇਗਾ ਕਿ ਫੀਫਾ ਵਿਸ਼ਵ ਫੁੱਟਬਾਲ ਕੱਪ ਦੇ ਉੱਤੇ ਕਿਹੜੀ ਟੀਮ ਕਾਬਜ਼ ਹੁੰਦੀ ਹੈ। ਬਿਊਰੋ ਰਿਪੋਰਟ, D5 ਚੈਨਲ ਪੰਜਾਬੀ। ਜਾਣ ਤੋਂ ਪਹਿਲਾਂ ਇੱਕ ਨਜ਼ਰ ਹੁਣ ਤੱਕ ਦੀਆਂ ਮੁੱਖ ਸੁਰਖੀਆਂ ਤੇ। ਕਿਸਾਨਾਂ ਤੇ ਸਰਕਾਰ ਦੇ ਦਰਮਿਆਨ ਬਣੀ ਸਹਿਮਤੀ। ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਵੱਲੋਂ ਮਰਨ ਵਰਤ ਸਮਾਪਤ। ਧਰਨੇ ਤੇ ਪਹੁੰਚੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ। ਸ਼੍ਰੋਮਣੀ ਅਕਾਲੀ ਦਲ ਨੇ ਕੀਤੀ ਪ੍ਰੈਸ ਕਾਨਫਰੰਸ। ਚੰਡੀਗੜ੍ਹ ਦੇ ਮੁੱਦੇ ਤੇ ਘੇਰੀ ਸੂਬਾ ਸਰਕਾਰ, ਸਾਧੇ ਨਿਸ਼ਾਨੇ। ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦਾ ਭਾਜਪਾ ਤੇ ਨਿਸ਼ਾਨਾ। ਭਾਜਪਾ ਆਗੂ ਤੇ ਲਗਾਏ ਗੰਭੀਰ ਇਲਜ਼ਾਮ। ਕਿਹਾ ਭਾਜਪਾ ਰਚ ਰਹੀ ਸਾਜਿਸ਼, ਜਾਂਚ ਦੀ ਕੀਤੀ ਮੰਗ। ਫੀਫਾ ਫੁੱਟਬਾਲ ਵਿਸ਼ਵ ਕੱਪ 2022 ਬੈਲਜੀਅਮ ਦੇ ਹੱਥੋਂ ਕੈਨੇਡਾ ਦੀ ਹਾਰ। ਸਵਿਟਜ਼ਰਲੈਂਡ ਨੇ ਕੈਮਰੂਨ ਨੂੰ ਹਰਾਇਆ। ਇਸ ਬੁਲੇਟਿਨ 'ਚ ਫਿਲਹਾਲ ਇੰਨਾ ਹੀ। ਮੈਨੂੰ ਧਰਮਿੰਦਰ ਸੰਧੂ ਦੀ ਇਜਾਜ਼ਤ। ਧੰਨਵਾਦ।